ਮਿਸਟਰ ਦੋਸਤੋ ਮੈਂ ਤੁਹਾਡਾ ਦੋਸਤ ਮੰਨੂ ਮੋੜ ਸੰਵਿਧਾਨ ਰਿਲੇਟਡ ਮੈਂ ਅੱਧੇ-ਅੱਧੇ ਘੰਟੇ ਦੀ ਤੁਹਾਨੂੰ ਪਹਿਲਾਂ ਦੋ ਕਲਾਸ ਪ੍ਰੋਵਾਈਡ ਕਰਵਾ ਦਿੱਤੀ ਵਿੱਚ ਮੈਂ ਤੁਹਾਨੂੰ ਸੰਵਿਧਾਨ ਸਭਾ ਦਾ ਗਠਨ ਤੋਂ ਲੈ ਕੇ ਕੈਬਨਿਟ ਮਿਸ਼ਨ ਭਾਰਤ ਆਉਣ ਤੱਕ ਦਾ ਸਫ਼ਰ ਅਤੇ ਇੰਟਰਿਮ ਗਵਰਨਮੈਂਟ ਬਣਨ ਦਾ ਸਫ਼ਰ ਭਾਰਤ ਵਿੱਚ ਰਾਜਾਂ ਦਾ ਨਿਰਮਾਣ ਯੂਨੀਅਨ ਟੈਰੀਟਰੀ ਅਤੇ ਸੰਵਿਧਾਨ ਦਾ ਭਾਗ ਨੰਬਰ 1 ਬਾਰੇ ਪੂਰੀ ਡਿਟੇਲ ਵਿੱਚ ਮੈਂ ਕਲਾਸ ਤੋਂ ਉਹਨੂੰ ਪ੍ਰੋਵਾਈਡ ਕਰਵਾ ਦਿੱਤੀ ਹੈ ਜੇ ਉਹ ਕਲਾਸਸ ਤੁਸੀਂ ਨਹੀਂ ਦੇਖੀ ਤਾਂ ਇਸ ਵੀਡੀਓ ਦੇ ਐਂਡ ਸਕਰੀਨ ਦੇ ਤੁਹਾਨੂੰ ਮੈਂ ਉਹਨਾਂ ਵੀਡੀਓਜ਼ ਦੇ ਲਿੰਕ ਦੇ ਦੇਗਾ ਜਾਂ ਕਿ ਇੱਕ ਵਾਰੀ ਵਿਜ਼ਿਟ ਜ਼ਰੂਰ ਕਰ ਲੋ ਤੇ ਅੱਜ ਦੀ ਕਲਾਸ ਵਿੱਚ ਆਪਾਂ ਭਾਰਤੀ ਸੰਵਿਧਾਨ ਦੇ ਭਾਗ ਦੂਜੇ ਬਾਰੇ ਗੱਲ ਕਰਾਂਗੇ ਸਿੱਧਾ ਐਗਜ਼ਾਮ ਓਰੀਐਂਟਡ ਪੁਆਇੰਟਸ ਜਿਹੜੇ ਮੈਂ ਇਸ ਵਿੱਚ ਨੋਟ ਕੀਤੇ ਹੋਏ ਨੇ ਤਾਂ ਤੁਸੀਂ ਵੀ ਜਲਦੀ ਨਾਲ ਨੋਟਬੁੱਕ ਚੱਕ ਕੇ ਇਹਨਾਂ ਪੁਆਇੰਟਸ ਨੂੰ ਨੋਟ ਕਰ ਲਓ ਐਗਜ਼ਾਮ ਵਿੱਚ ਡਾਇਰੈਕਟਲੀ ਤੁਹਾਡੇ ਤੋਂ ਇਸ ਤਰ੍ਹਾਂ ਦੇ ਕੁਐਸਚਨ ਪੁੱਛੇ ਜਾਣਗੇ ਐਂਡ ਇਸ ਵੀਡੀਓ ਦੇ ਐਂਡ ਵਿੱਚ ਮੈਂ ਕੁਝ ਕੁਐਸਚਨ ਤਿਆਰ ਕੀਤੇ ਹੋਏ ਨੇ ਜਿਹੜੇ ਐਗਜ਼ਾਮ ਵਿੱਚ ਆ ਸਕਦੇ ਨੇ ਉਪਰ ਰਾਈਟ ਡਾਊਨ ਕਰ ਲਿਓ ਤਾਂ ਸੰਵਿਧਾਨ ਸਭਾ ਦੇ ਭਾਗ 1 ਵਿੱਚ ਤੁਹਾਨੂੰ ਪੜ੍ਹਾਇਆ ਸੀ 1 ਤੋਂ ਲੈ ਕੇ 4 ਆਰਟੀਕਲ ਉਹ ਕੀ ਕਹਿੰਦੇ ਸੀ ਕਿ ਭਾਰਤ ਯੂਨੀਅਨ ਦੇਸ਼ ਹੈ ਇੱਕ ਰਾਜਾਂ ਦਾ ਸੰਘ ਹੈ ਤੇ ਕਨਸਟੀਟਿਊਸ਼ਨ ਦਾ ਭਾਗ 2 ਦੀ ਗੱਲ ਕਰੀਏ ਤਾਂ ਭਾਗ 2 ਵਿੱਚ 5 ਤੋਂ ਲੈ ਕੇ 11 ਤੱਕ ਆਰਟੀਕਲ ਮੌਜੂਦ ਨੇ ਤੇ ਇਹਨਾਂ ਆਰਟੀਕਲਾਂ ਵਿੱਚ ਭਾਰਤ ਦੀ ਨਾਗਰਿਕਤਾ ਬਾਰੇ ਦਰਸਾਇਆ ਗਿਆ ਮਤਲਬ ਕੌਣ ਭਾਰਤ ਦਾ ਨਾਗਰਿਕ ਹੈ ਕਿਸ ਨੂੰ ਕਿਵੇਂ ਨਾਗਰਿਕਤਾ ਮਿਲ ਸਕਦੀ ਹੈ ਕਿਸ ਤਰ੍ਹਾਂ ਭਾਰਤੀ ਨਾਗਰਿਕਤਾ ਉਸ ਤੋਂ ਖੋਹ ਜਾ ਸਕਦੀ ਹੈ ਮਤਲਬ ਰੱਦ ਕੀਤੀ ਜਾ ਸਕਦੀ ਹੈ ਪਹਿਲਾਂ ਇਹ ਪੁਆਇੰਟ ਨੋਟ ਕਰ ਲਓ ਭਾਰਤੀ ਸੰਵਿਧਾਨ ਦੇ ਭਾਗ ਦੂਜੇ ਵਿੱਚ ਨਾਗਰਿਕਤਾ ਬਾਰੇ ਦਰਸਾਇਆ ਗਿਆ ਹੈ ਭਾਗ ਸੈਕੰਡ ਵਿੱਚ 5 ਤੋਂ ਲੈ ਕੇ 11 ਆਰਟੀਕਲ ਮੌਜੂਦ ਨੇ ਦੇ ਭਾਗ ਸੈਕੰਡ ਵਿੱਚ 5 ਤੇ ਆਰਟੀਕਲ ਵਿੱਚ ਦਰਸਾਇਆ ਗਿਆ ਹੈ ਕਿ ਕੌਣ ਕੌਣ ਭਾਰਤ ਦਾ ਨਾਗਰਿਕ ਹੈ ਇਸ ਤੋਂ ਬਾਅਦ ਭਾਰਤ ਵਿੱਚ ਇੱਕ ਹੀ ਨਾਗਰਿਕਤਾ ਸਿੰਗਲ ਸਿਟੀਜ਼ਨਸ਼ਿਪ ਨਾਗਰਿਕਤਾ ਕਿਹਾ ਜਾਂਦਾ ਮਤਲਬ ਜੋ ਵੀ ਭਾਰਤ ਵਿੱਚ ਨਾਗਰਿਕਤਾ ਦੀ ਕੁਆਲਿਟੀ ਹੈ ਜਾਂ ਪ੍ਰੋਸੈਸ ਹੈ ਨਾਗਰਿਕਤਾ ਹਾਸਲ ਕਰਨ ਦੀ ਉਸ ਨੂੰ ਇਕਹਿਰੀ ਨਾਗਰਿਕਤਾ ਦੇ ਨਾਮ ਨਾਲ ਜਾਣਿਆ ਜਾਂਦਾ ਹੈ एग्जाम ਵਿੱਚ ਕਾਫੀ ਵਾਰ ਕੁਐਸਚਨ ਪੁੱਛਿਆ ਜਾਂਦਾ ਹੈ ਕਿ ਭਾਰਤ ਵਿੱਚ ਕਿਸ ਟਾਈਪ ਦੀ ਨਾਗਰਿਕਤਾ ਹੈ ਤਾਂ ਇਕਹਿਰੀ ਨਾਗਰਿਕਤਾ ਤੁਸੀਂ ਯਾਦ ਰੱਖਿਓ ਤੇ ਇਹ ਇਕਹਿਰੀ ਯਾਨੀ ਸਿੰਗਲ ਸਿਟੀਜ਼ਨਸ਼ਿਪ ਨਾਗਰਿਕਤਾ ਦਾ ਕਨਸੈਪਟ ਹੈ ਜਿਹੜਾ ਬ੍ਰਿਟਿਸ਼ ਦੇ ਸੰਵਿਧਾਨ ਤੋਂ ਲੈ ਕੇ ਆਪਾਂ ਇਹਨੇ ਭਾਰਤੀ ਸੰਵਿਧਾਨ ਵਿੱਚ ਇਸ ਨੂੰ ਇਨਕਲੂਡ ਕੀਤਾ ਹੈ एग्जाम ਵਿੱਚ ਇਹ ਪੁਆਇੰਟ ਵੀ ਕਾਫੀ ਵਾਰ ਪੁੱਛਿਆ ਗਿਆ ਹੈ ਕਿ ਸਿੰਗਲ ਸਿਟੀਜ਼ਨਸ਼ਿਪ ਦਾ ਕਨਸੈਪਟ ਜਿਹੜਾ ਉਹ ਭਾਰਤੀ ਸੰਵਿਧਾਨ ਵਿੱਚ ਕਿਹੜੇ ਦੇਸ਼ ਦੇ ਸੰਵਿਧਾਨ ਤੋਂ ਇਨਕਲੂਡ ਕੀਤਾ ਗਿਆ ਤਾਂ ਯਾਦ ਰੱਖਿਓ ਬ੍ਰਿਟੇਨ ਦੇ ਸੰਵਿਧਾਨ ਤੋਂ ਇਹ ਭਾਰਤੀ ਸੰਵਿਧਾਨ ਵਿੱਚ ਇਨਕਲੂਡ ਕੀਤਾ ਹੈ ਸੰਵਿਧਾਨ ਦੇ ਭਾਗ ਦੂਜੇ ਵਿੱਚ ਵੈਸੇ ਤਾਂ 5 ਤੋਂ ਲੈ ਕੇ 11 ਆਰਟੀਕਲ ਨੇ ਤੇ ਇਹ ਸਾਰੇ ਆਰਟੀਕਲ ਆਰਟੀਕਲ ਨੰਬਰ 5 ਆਰਟੀਕਲ ਨੰਬਰ 6 7 8 9 10 ਤੇ 11 11 ਬਾਰੇ ਮੈਂ ਡੀਪਲੀ ਤੁਹਾਨੂੰ ਇੱਕ ਕਲਾਸ ਆਲਰੇਡੀ ਪ੍ਰੋਵਾਈਡ ਕਰਵਾ ਦਿੱਤੀ ਆ ਉੱਪਰ ਆਏ ਬਟਨ 'ਤੇ ਤੁਹਾਨੂੰ ਉਸ ਵੀਡੀਓ ਦਾ ਲਿੰਕ ਸ਼ੋ ਹੋ ਰਿਹਾ ਉਸ ਨੂੰ ਜਾ ਕੇ ਵਿਜ਼ਿਟ ਕਰ ਲਿਓ ਜੇ ਤੁਸੀਂ ਇਹ ਸਾਰੇ ਆਰਟੀਕਲ ਨੂੰ ਚੰਗੀ ਤਰ੍ਹਾਂ ਰੀਡ ਕਰਨਾ ਚਾਹੁੰਦੇ ਹੋ ਤੇ ਇਸ ਵੀਡੀਓ ਵਿੱਚ ਆਪਾਂ ਸਿਰਫ ਐਗਜ਼ਾਮ ਦੇ ਓਰੀਐਂਟਿਡ ਐਗਜ਼ਾਮ ਵਿੱਚ ਜੇ ਭਾਗ ਨੰਬਰ ਦੂਜੇ ਵਿੱਚੋਂ ਕੁਐਸਚਨ ਬਣਨਗੇ ਤਾਂ ਕਿਹੜੇ ਕਿਹੜੇ ਬਣਨਗੇ ਉਹ ਕਨਸੈਪਟ ਆਪਾਂ ਕਲੀਅਰ ਕਰਾਂਗੇ ਤਾਂ ਨਾਗਰਿਕਤਾ ਬਾਰੇ ਮੇਨਲੀ ਆਰਟੀਕਲ 11 ਵਿੱਚੋਂ ਹੀ ਕੁਐਸਚਨ ਤੁਹਾਡੇ ਤੋਂ ਪੁੱਛੇ ਜਾਣਗੇ ਆਰਟੀਕਲ 11 ਨੂੰ ਆਪਾਂ ਚੰਗੀ ਤਰ੍ਹਾਂ ਕਲੀਅਰ ਕਰ ਲੈਨੇ ਆ ਭਾਰਤ ਵਿੱਚ ਨਾਗਰਿਕਤਾ ਸੰਬੰਧੀ ਕੋਈ ਵੀ ਕਾਨੂੰਨ ਬਣਾਉਣਾ ਹੈ ਤਾਂ ਇਹ ਅਧਿਕਾਰ ਸਿਰਫ ਸੰਸਦ ਕੋਲ ਹੈ ਆਰਟੀਕਲ ਸੰਵਿਧਾਨ ਦਾ ਭਾਗ ਨੰਬਰ 2 ਦਾ ਆਰਟੀਕਲ ਨੰਬਰ 11 ਕੀ ਕਹਿੰਦਾ ਹੈ ਜੇ ਭਾਰਤ ਵਿੱਚ ਕੋਈ ਵੀ ਨਾਗਰਿਕਤਾ ਦੇ ਰਿਲੇਟਡ ਕਾਨੂੰਨ ਬਣਾਉਣਾ ਤਾਂ ਇਹ ਅਧਿਕਾਰ ਸਿਰਫ ਆਪਣੇ ਪਾਰਲੀਮੈਂਟ ਕੋਲ ਹੈ ਸੰਸਦ ਕੋਲ ਹੈ ਮਤਲਬ ਸੰਸਦ ਕਾਨੂੰਨ ਬਣਾ ਕੇ ਕਿਸੇ ਨੂੰ ਵੀ ਭਾਰਤ ਦਾ ਨਾਗਰਿਕ ਬਣਾ ਸਕਦੀ ਹੈ ਨਾਗਰਿਕਤਾ ਦੇ ਸਕਦੀ ਹੈ ਭਾਰਤ ਦਾ ਜਾਂ ਕਿਸੇ ਦੀ ਵੀ ਨਾਗਰਿਕਤਾ ਖੋਹ ਸਕਦੀ ਹੈ ਜਾਂ ਰੱਦ ਕਰ ਸਕਦੀ ਹੈ ਇਗਜ਼ਾਮ 'ਤੇ ਕਾਫੀ ਵਾਰ ਕੁਐਸ਼ਨ ਇਹ ਪੁੱਟਿਆ ਹੋਇਆ ਹੈ ਕਿ ਭਾਰਤ ਵਿੱਚ ਨਾਗਰਿਕਤਾ ਸੰਬੰਧੀ ਕਾਨੂੰਨ ਕੌਣ ਬਣਾ ਸਕਦਾ ਹੈ ਤਾਂ ਯਾਦ ਰੱਖਿਓ ਸਸਦ ਬਣਾ ਸਕਦੀ ਹੈ ਤੇ ਇਹ ਸੰਵਿਧਾਨ ਦੇ ਕਿਹੜੇ ਆਰਟੀਕਲ ਵਿੱਚ ਲਿਖਿਆ ਹੈ ਤਾਂ ਆਰਟੀਕਲ 11 ਵਿੱਚ ਲਿਖਿਆ ਹੈ ਜਿਵੇਂ ਹੁਣ ਪਿੱਛੇ ਈ ਨਿਊਜ਼ 2019 ਵਿੱਚ ਤੁਸੀਂ ਇੱਕ ਨਿਊਜ਼ ਸੁਣੀ ਸੀ ਸਿਟੀਜ਼ਨ ਐਮੈਂਡਮੈਂਟ ਐਕਟ 2019 ਲਾਗੂ ਕੀਤਾ ਸੀ ਜਿਸ ਦੇ ਤਹਿਤ ਭਾਰਤ ਦੇ ਜਿਹੜੇ ਵੀ ਪਾਕਿਸਤਾਨ ਬੰਗਲਾਦੇਸ਼ ਦੇ ਪੜੋਸੀ ਦੇਸ਼ਾਂ ਦੇ ਲੋਕ ਨੇ ਜਿਹੜੇ ਹਿੰਦੂ ਧਰਮ ਵਿੱਚ ਬਲੀਵ ਰੱਖਦੇ ਨੇ ਜਾਂ ਆਪਣੇ ਮੁਸਲਮਾਨ ਧਰਮ ਵਿੱਚ ਬੀਲੀਵ ਰੱਖਦੇ ਨੇ ਤੇ ਭਾਰਤ ਵਿੱਚ ਆਉਣਾ ਚਾਹੁੰਦੇ ਨੇ ਤਾਂ ਭਾਰਤ ਸਰਕਾਰ ਉਸ ਨੂੰ ਨਾਗਰਿਕਤਾ ਦੇਵੇਗੀ ਮਤਲਬ ਕਿ ਉਹਨਾਂ ਨੂੰ ਨਾਗਰਿਕਤਾ ਦਿੱਤੀ ਜਾਵੇਗੀ ਤਾਂ ਕਾਫੀ ਵਿਵਲ ਹੋਇਆ ਸੀ ਕਾਫੀ ਨਿਊਜ਼ ਚੈਨਲ ਸਾਰੇ ਨਿਊਜ਼ ਚੈਨਲਾਂ 'ਤੇ ਇਹ ਹੀ ਖਬਰ ਦਿਖਾਈ ਜਾ ਰਹੀ ਸੀ ਤਾਂ ਯਾਦ ਰੱਖਿਓ ਉਹ ਕਿਹੜਾ ਐਕਟ ਸੀ ਸਿਟੀਜ਼ਨਸ਼ਿਪ ਐਮੈਂਡਮੈਂਟ ਐਕਟ 2019 ਸੀ ਇਸ ਤੋਂ ਬਾਅਦ ਇੱਕ ਹੋਰ ਮੇਨ ਪੁਆਇੰਟ ਤੁਸੀਂ ਯਾਦ ਰੱਖ ਲਓ ਸਭ ਤੋਂ ਪਹਿਲਾਂ ਜਿਹੜਾ ਸੰਸਦ ਨੇ ਨਾਗਰਿਕਤਾ ਲਈ 1955 ਈਸਵੀ ਵਿੱਚ ਕਾਨੂੰਨ ਬਣਾਇਆ ਸੀ ਜਿਸ ਵਿੱਚ ਜਿਸ ਨੂੰ ਅਸੀਂ ਸਿਟੀਜ਼ਨ ਐਮੈਂਡਮੈਂਟ ਐਕਟ 1955 ਦੇ ਨਾਮ ਨਾਲ ਜਾਣਦੇ ਆ। ਇਗਜ਼ਾਮ ਵਿੱਚ ਪੁੱਛਿਆ ਜਾਂਦਾ ਹੈ ਕਿ ਨਾਗਰਿਕਤਾ ਰਿਲੇਟਡ ਐਕਟ ਸਭ ਤੋਂ ਪਹਿਲਾਂ ਕਦੋਂ ਬਣਿਆ ਸੀ ਤਾਂ 1955 ਵਿੱਚ ਬਣਿਆ ਸੀ। ਤੇ ਇਸ ਤੋਂ ਬਾਅਦ ਗੱਲ ਕਰੀਏ ਇਸ ਅਧਿਨਿਯਮ ਮਤਲਬ 1955 ਵਿੱਚ ਜਿਹੜਾ ਐਕਟ ਬਣਿਆ ਸੀ ਨਾਗਰਿਕਤਾ ਦੇ ਰਿਲੇਟਡ ਇਸ ਐਕਟ ਵਿੱਚ ਕਿਹਾ ਗਿਆ ਸੀ ਜੇਕਰ ਕੋਈ ਵੀ ਵਿਅਕਤੀ ਭਾਰਤ ਦੀ ਨਾਗਰਿਕਤਾ ਲੈਣਾ ਚਾਹੁੰਦਾ ਹੈ ਤਾਂ ਉਹ ਕੇਵਲ ਪੰਜ ਆਧਾਰ ਤੇ ਨਾਗਰਿਕਤਾ ਮਿਲੇਗੀ। ਨੰਬਰ 1 ਜਨਮ ਦੇ ਆਧਾਰ ਤੇ ਉਹ ਭਾਰਤ ਦਾ ਨਾਗਰਿਕ ਮੰਨਿਆ ਜਾਵੇਗਾ। ਨੰਬਰ 2 ਵੰਸ਼ ਦੇ ਆਧਾਰ ਤੇ ਉਹ ਪਾੜ ਦਾ ਨਾਗਰਿਕ ਮੰਨਿਆ ਜਾਵੇਗਾ ਨੰਬਰ 3 ਪंजीकरण ਦੇ ਆਧਾਰ ਤੇ ਮਤਲਬ ਬਾਇ ਰਜਿਸਟ੍ਰੇਸ਼ਨ ਦੁਆਰਾ ਵੀ ਉਸ ਨੂੰ ਨਾਗਰਿਕਤਾ ਮਿਲ ਸਕਦੀ ਹੈ ਤੇ ਇਸ ਤੋਂ ਨਵਾਂ ਨੰਬਰ 4 ਦੀ ਗੱਲ ਕਰੀਏ ਦੇਸੀਕਰਨ ਦੇ ਆਧਾਰ ਤੇ ਮਤਲਬ ਜੇ ਕੋਈ ਫੋਰਨ ਦਾ ਵਿਅਕਤੀ ਹੈ ਭਾਰਤ ਵਿੱਚ 7 ਸਾਲਾਂ ਤੋਂ ਰਹਿ ਰਿਹਾ ਹੈ ਤੇ ਉਹ ਪੂਰਾ ਆਪਣੇ ਆਪਣੀ ਇੰਡੀਆ ਦੀ ਬੋਲੀਆਂ ਨੂੰ ਜਾਣਦਾ ਹੈ ਤਾਂ ਉਸ ਨੂੰ ਵੀ ਨਾਗਰਿਕਤਾ ਮਿਲ ਸਕਦੀ ਹੈ ਇਸ ਤੋਂ ਇਲਾਵਾ ਭੂਮੀ ਅਰਜਨ ਦੇ ਆਧਾਰ ਤੇ ਨਾਗਰਿਕਤਾ ਰਿਲੇਟਡ ਵੀ ਮੈਂ ਬ੍ਰੀਫਲੀ 슬ਾਈਡ ਬਣਾ ਕੇ ਚੰਗੀ ਤਰ੍ਹਾਂ ਤੁਹਾਨੂੰ ਇੱਕ ਵੀਡੀਓ ਪ੍ਰੋਵਾਈਡ ਕਰਾ ਦਿੱਤੇ ਜਿਹੜੀ ਆਈ ਬਟਨ ਤੇ ਤੁਹਾਨੂੰ ਵੀਡੀਓ ਦੇਖੀ ਜੇ ਆਪਸ ਨੂੰ ਇੱਕ ਵਾਰੀ ਦੇਖ ਲਓਗੇ ਤਾਂ ਤੁਸੀਂ ਇਹ ਟੌਪਿਕ ਕਦੇ ਵੀ ਨਹੀਂ ਭੁੱਲ ਲੇਗੇ ਹੁਣ ਦੋਸਤੋ ਅੱਗੇ ਚੱਲਣ ਤੋਂ ਪਹਿਲਾਂ ਇੱਕ ਛੋਟੀ ਜਿਹੀ ਇਨਫੋਰਮੇਸ਼ਨ ਜੇ ਤੁਸੀਂ ਪੰਜਾਬ ਕਨਸਟੇਬਲ ਰਿਲੇਟਡ ਇੰਪੋਰਟੈਂਟ ਕੁਐਸਚਨਾਂ ਦੀ ਪੀਡੀਐਫ ਫਾਈਲ ਨੂੰ ਬਾਏ ਕਰਨਾ ਚਾਹੁੰਦੇ ਹੋ ਹਰ ਟੌਪਿਕ ਦੀ ਪੀਡੀਐਫ ਫਾਈਲ ਦਾ ਪ੍ਰਾਈਸ ਸਿਰਫ 44 ਰੁਪਏ ਹੈ ਤਾਂ ਇਹ ਮੇਰਾ ਇੰਸਟਾਗ੍ਰam ਆਈਡੀ ਨੰਬਰ ਹੈ ਇਸ ਤੇ ਮੈਨੂੰ ਫੋਲੋ ਕਰਕੇ ਮੇਰੇ ਨਾਲ ਗੱਲ ਕਰਕੇ ਪੂਰੀ ਜਾਣਕਾਰੀ ਲੈ ਕੇ ਫਿਰ ਤੁਸੀਂ ਇਹਨਾਂ ਇੰਪੋਰਟੈਂਟ ਕੁਐਸਚਨਾਂ ਦੀ ਪੀਡੀਐਫ ਫਾਈਲ ਨੂੰ ਬਾਏ ਕਰ ਸਕਦੇ ਹੋ ਕਾਫੀ ਕੈਂਡੀਡੇਟਸ ਨੇ ਇਹ ਪੀਡੀਐਫ ਫਾਈਲ ਆਲਰੇਡੀ ਬਾਏ ਕਰ ਲਿਆ ਜੇ ਤੁਸੀਂ ਵੀ ਆਪਣੇ ਐਗਜ਼ਾਮ ਦੀ ਤਿਆਰੀ ਨੂੰ ਪਰਫੈਕਟ ਬਣਾਉਣਾ ਚਾਹੁੰਦੇ ਹੋ ਤਾਂ ਇਹਨਾਂ ਪੀਡੀਐਫ ਫਾਈਲ ਨੂੰ ਜ਼ਰੂਰ ਬਾਏ ਕਰ ਲਿਓ ਤਾਂ ਨਾਗਰਿਕਤਾ ਅਧਿਨਿਯਮ 1955 ਵਿੱਚ ਦੱਸਿਆ ਗਿਆ ਹੈ ਕਿ ਜੇਕਰ ਕੋਈ ਭਾਰਤ ਦਾ ਨਾਗਰਿਕਤਾ ਨਾਗਰਿਕ ਬਣਨਾ ਚਾਹੁੰਦਾ ਹੈ ਨਾਗਰਿਕਤਾ ਲੈ ਇਸ ਤੋਂ ਬਾਅਦ ਇਹ ਦੋ ਪੁਆਇੰਟ ਤੁਸੀਂ ਮਾਈਂਡ ਵਿੱਚ ਸੈੱਟ ਕਰ ਲਓ ਕਾਫੀ ਵਾਰ ਐਗਜ਼ਾਮ ਵਿੱਚ ਕੁਐਸਚਨ ਪੁੱਟ ਹੁੰਦਾ ਇਸ ਰਿਲੇਟਡ ਪਹਿਲੀ ਗੱਲ ਇਹ ਮਾਈਂਡ ਵਿੱਚ ਸੈੱਟ ਕਰ ਲਓ ਕਿ ਨਾਗਰਿਕਤਾ ਸੰਬੰਧੀ ਕਾਨੂੰਨ ਵਿੱਚ ਸੰਸ਼ੋਧਨ ਕਰਨ ਲਈ ਸੰਵਿਧਾਨ ਵਿੱਚ ਕੋਈ ਸੰਸ਼ੋਧਨ ਕਰਨ ਦੀ ਜ਼ਰੂਰਤ ਨਹੀਂ ਹੁੰਦੀ ਕਿਉਂਕਿ ਸੰਵਿਧਾਨ ਵਿੱਚ ਲਿਖਿਆ ਹੋਇਆ ਹੈ ਕਿ ਨਾਗਰਿਕਤਾ ਸੰਬੰਧੀ ਕਾਨੂੰਨ ਸਿਰਫ ਸੰਸਦ ਬਣਾਵੇਗੀ ਤਾਂ ਸੰਸਦ ਇਸ ਅਮੈਂਡਮੈਂਟ ਵਿੱਚ ਜਿਹੜਾ ਹੁਣ 1955 ਵਿੱਚ ਜਿਹੜਾ ਅਮੈਂਡਮੈਂਟ ਬਣਾਇਆ ਹੈ ਸੰਸਦ ਇਸ ਵਿੱਚ ਸੋਧ ਕਰੇਗੀ ਨਾ ਕਿ ਸੰਵਿਧਾਨ ਵਿੱਚ ਐਂਡ ਸੈਕੰਡ ਪੁਆਇੰਟ ਇਹ ਹੈ ਕਿ ਨਾ ਹੀ ਸੰਸਦਨ ਦੇ ਮੈਂਬਰਾਂ ਵਿੱਚ ਬਹੁਮਤ ਦੀ ਜ਼ਰੂਰਤ ਹੁੰਦੀ ਹੈ ਮਤਲਬ ਸੰਸਦ ਨੂੰ ਜਿਹੜੇ ਸੰਸਦਨ ਦੇ ਮੈਂਬਰ ਹੁੰਦੇ ਹਨ ਉਹਨਾਂ ਵਿੱਚ ਬੋਟਿੰਗ ਹੁੰਦੀ ਹੈ ਜੇ ਉਹਨੂੰ ਅੱਧੇ ਤੋਂ ਵੀ ਘੱਟ ਬਹੁਮਤ ਹਾਸਿਲ ਹੋ ਗਈ ਤਾਂ ਵੀ ਉਹ ਇਸ ਆਧਿਨਿਯਮ ਵਿੱਚ ਚੇਂਜਸ ਕਰ ਸਕਦੇ ਨੇ ਇਸ ਤੋਂ ਬਾਅਦ ਜੇ ਹੁਣ ਸੰਸਦ ਨਾਗਰਿਕਤਾ ਸੰਬੰਧੀ ਕੋਈ ਵੀ ਸੰਸ਼ੋਧਨ ਕਰਨਾ ਚਾਹੁੰਦੀ ਹੈ ਕੋਈ ਵੀ ਕਾਨੂੰਨ ਵਿੱਚ ਸੰਸ਼ੋਧਨ ਕਰਨਾ ਚਾਹੁੰਦੀ ਹੈ ਜਿਹੜਾ ਨਾਗਰਿਕਤਾ ਰਿਲੇਟਡ ਹੈ ਤਾਂ ਉਹ ਨਾ ਤਾਂ ਸੰਵਿਧਾਨ ਵਿੱਚ ਚੇਂਜਸ ਕਰੇਗੀ ਉਹ ਸਿਰਫ ਜਿਹੜਾ ਅਧਿਨਿਯਮ 1955 ਪਹਿਲਾਂ ਬਣਾਇਆ ਹੋਇਆ ਹੈ ਉਸ ਨੂੰ ਸੰਸ਼ੋਧਨ ਕਰਕੇ ਹੋਰ ਨਵੇਂ ਰੂਲਸ ਵਿੱਚ ਐਡ ਕਰਕੇ ਉਸ ਨੂੰ ਰਿਲੀਜ਼ ਕਰ ਦੇਗੀ ਓਕੇ ਦੋਸਤੋ ਉਮੀਦ ਹੈ ਤੁਹਾਨੂੰ ਉਹ ਪੂਰੀ ਗੱਲ ਸਮਝ ਚ ਆ ਗਈ ਹੋਵੇਗੀ ਜੇ ਸਮਝ ਚ ਆ ਗਈ ਹੈ ਤਾਂ ਵੀਡੀਓ ਵਿੱਚ ਯੈਸ ਲਿਖ ਕੇ ਕਮੈਂਟ ਜਰੂਰ ਕਰ ਦਿਓ ਤੇ ਇਸ ਤੋਂ ਬਾਅਦ ਗੱਲ ਕਰੀਏ ਨਾਗਰਿਕਤਾ ਅਧਿਨਿਯਮ ਐਕਟ 1955 ਤੋਂ ਸਿਟੀਜ਼ਨ ਐਮੈਂਡਮੈਂਟ ਐਕਟ 1986 ਬਣਾ ਕੇ ਕੀਤਾ ਗਿਆ ਮਤਲਬ ਇਗਜ਼ਾਮ ਵਿੱਚ ਕੁਐਸਚਨ ਪੁੱਛਿਆ ਜਾਂਦਾ ਹੈ ਕਿ ਨਾਗਰਿਕਤਾ ਅਧਿਨਿਯਮ ਐਕਟ 1955 ਸਭ ਤੋਂ ਪਹਿਲੀ ਵਾਰ ਕਦੋਂ ਸੰਸ਼ੋਧਨ ਕੀਤਾ ਗਿਆ ਸੀ ਮਤਲਬ ਐਕਟ 1955 ਦੇ ਐਕਟ ਵਿੱਚ ਸਭ ਤੋਂ ਪਹਿਲਾ ਕਦੋਂ ਸੰਸ਼ੋਧਨ ਹੋਇਆ ਸੀ ਤਾਂ 1986 ਵਿੱਚ ਹੋਇਆ ਸੀ ਤੇ ਇਸ ਸੰਸ਼ੋਧਨ ਨੂੰ ਆਪਾਂ ਸਿਟੀਜ਼ਨ ਅਮੈਂਡਮੈਂਟ ਐਕਟ 1986 ਦੇ ਨਾਮ ਨਾਲ ਜਾਣਦੇ ਆ ਜਿਸ ਨੂੰ ਆਪਾਂ ਪੰਜਾਬੀ ਵਿੱਚ ਨਾਗਰਿਕਤਾ ਅਧਿਨਿਯਮ ਐਕਟ 1986 ਵੀ ਕਹਿ ਸਕਦੇ ਆ ਦੂਸਰੀ ਵਾਰ ਗੱਲ ਕਰੀਏ ਤਾਂ ਸਿਟੀਜ਼ਨ ਅਮੈਂਡਮੈਂਟ ਐਕਟ 1992 ਵਿੱਚ ਸੰਸ਼ੋਧਨ ਕੀਤਾ ਗਿਆ ਅਤੇ ਇਸ ਤੋਂ ਬਾਅਦ ਤੀਸਰੀ ਵਾਰ ਗੱਲ ਕਰੀਏ 2003 ਵਿੱਚ ਸਿਟੀਜ਼ਨ ਅਮੈਂਡਮੈਂਟ ਐਕਟ 2003 ਵਿੱਚ ਸੰਸ਼ੋਧਨ ਕੀਤਾ ਗਿਆ ਮਤਲਬ ਜਿਹੜੇ ਵੀ ਸਾਲ ਵਿੱਚ ਸੰਸ਼ੋਧਨ ਹੋਇਆ ਉਸ ਨੂੰ ਹੀ ਐਕਟ ਬਣਾ ਦਿੱਤਾ ਗਿਆ ਜਿਵੇਂ ਕਿ ਉੱਪਰ ਦੇਖ ਸਕਦੇ ਹੋ ਸਭ ਪਹਿਲੀ ਵਾਰ ਹੋਇਆ ਸੀ ਸਿਟੀਜ਼ਨ ਅਮੈਂਡਮੈਂਟ ਐਕਟ 1986 86 ਵਿੱਚ ਹੋਇਆ ਸੀ ਤਾਂ ਵਰਗੇ ਅਮੈਂਡਮੈਂਟ ਐਕਟ ਦੇ ਪਿੱਛੇ 1986 ਲਗਾ ਕੇ ਇਸ ਨੂੰ ਐਕਟ ਕੋਸ਼ਿਤ ਕਰ ਦਿੱਤਾ ਜਾਂਦਾ ਹੈ ਅਤੇ ਚੌਥੀ ਵਾਰ ਦੀ ਗੱਲ ਕਰੀਏ 2005 ਵਿੱਚ ਹੋਇਆ ਤੇ ਸਿਟੀਜ਼ਨ ਅਮੈਂਡਮੈਂਟ ਐਕਟ 2005 ਨਾਗਰਿਕ ਦਾ ਅਧਿਨਿਯਮ ਐਕਟ 2005 ਬਣਾਇਆ ਗਿਆ ਇਸ ਵਿੱਚ ਸੰਸ਼ੋਧਨ ਕਰਕੇ ਸੰਸ਼ੋਧਨ ਦੋਸਤੋ ਇਹ ਕਿੱਥੇ ਹੋ ਰਿਹਾ ਹੈ ਸਿਰਫ ਜਿਹੜਾ 1955 ਦਾ ਜਿਹੜਾ ਅਧਿਨਿਯਮ ਐਕਟ ਪਾਸ ਹੋਇਆ ਸੀ ਨਾ ਉਸ ਵਿੱਚ ਸੰਸ਼ੋਧਨ ਕਰ ਰਹੇ ਨੇ ਇਹ ਨਾ ਕਿ ਸੰਵਿਧਾਨ ਦੇ ਕਿਸੇ ਵੀ ਆਰਟੀਕਲ ਵਿੱਚ ਕੋਈ ਸੰਸ਼ੋਧਨ ਹੋ ਰਿਹਾ ਹੈ ਇਸ ਇਸ ਤੋਂ ਬਾਅਦ 2015 ਵਿੱਚ ਸੰਸ਼ੋਧਨ ਹੋਇਆ ਅਤੇ ਸਿਟੀਜ਼ਨ ਐਮੈਂਡਮੈਂਟ ਐਕਟ 2015 ਬਣਾ ਦਿੱਤਾ ਇਸ ਤੋਂ ਬਾਅਦ 2019 ਵਿੱਚ ਜਿਹੜਾ ਹੁਣ ਨਰਿੰਦਰ ਮੋਦੀ ਨੇ ਕੀਤਾ ਸੀ ਕਾਫੀ ਨਿਊਜ਼ ਵੀ ਹੋਈ ਸੀ ਤੇ ਅਗੇਂਸਟ ਮਤਲਬ ਕਾਫੀ ਲੋਕ ਇਸ ਦੇ ਅਗੇਂਸਟ ਵੀ ਹੋ ਗਏ ਸੀ ਕਿ ਰੋਜ਼ਗਾਰ ਤਾਂ ਤੁਸੀਂ ਹਲੇ ਜਿੰਨੀ ਹੈ ਪਾੜ ਦੇ ਦੇ ਨਾਗਰਿਕ ਉਹਨਾਂ ਨੂੰ ਹੀ ਦੇ ਪਾ ਰਹੇ ਹੋ ਹੁਣ ਹੋਰ ਦੂਸਰੇ ਆਸ ਪੜੋਸ ਦੇ ਦੇਸ਼ਾਂ ਤੋਂ ਜਿਹੜੇ ਲੋਕ ਆ ਜਾਣਗੇ ਉਹਨਾਂ ਨੂੰ ਰੋਜ਼ਗਾਰ ਕਿੱਥੋਂ ਮੁਹੱਈਆ ਕਰਵਾਉਣਗੇ ਇਸ ਗੱਲ ਤੇ ਖੂਬ ਖੂਬ ਚਰਚਾ ਹੋਈ ਸੀ 2019 ਵਿੱਚ ਸਿਟੀਜ਼ਨ ਅਮੈਂਡਮੈਂਟ ਐਕਟ 2019 ਬਣਾਇਆ ਗਿਆ ਸੀ ਯਾਦ ਰੱਖਿਓ ਇਸ ਗੱਲ ਨੂੰ ਓਕੇ ਦੋਸਤੋ ਇਹ ਤਾਂ ਸਾਰਾ ਸੀ ਜਿਹੜਾ ਵੀ ਨਾਗਰਿਕਤਾ ਰਿਲੇਟਡ ਕਵੈਸਚਨ ਤੋਂ ਟੋਟੇ ਤੋਂ ਐਗਜ਼ਾਮ ਵਿੱਚ ਪੁੱਛੇ ਜਾ ਸਕਦੇ ਜੋ ਵੀ ਥਿਉਰੀ ਤੁਹਾਨੂੰ ਸਮਝਾਣੀ ਸੀ ਸਮਝਾ ਦਿੱਤੀ ਆ ਹੁਣ ਜਿਹੜੀ ਵੀ ਮੈਂ ਤਿੰਨ ਕਲਾਸਾਂ ਤੁਹਾਨੂੰ ਪ੍ਰੋਵਾਈਡ ਕਰਾਈ ਆ ਉਹਨਾਂ ਵਿੱਚੋਂ ਮੇਨ ਮੇਨ ਇੰਪੋਰਟੈਂਟ ਕੁਐਸਚਨ ਚੈੱਕ ਕੀ ਮੈਂ ਇਸ ਪੀਡੀਐਫ ਵਿੱਚ ਇਨਕਲੂਡ ਕੀਤੇ ਹੋਏ ਨੇ ਉਹਨਾਂ ਨੂੰ ਆਪਾਂ ਇੱਕ ਵਾਰੀ ਕਵਰ ਕਰ ਲਈਏ ਕੁਐਸਚਨ ਨੰਬਰ 1 ਕੀ ਕਹਿੰਦਾ ਹੈ ਸੰਵਿਧਾਨ ਸਭਾ ਦੇ ਅਧਿਐਕਸ਼ ਦਾ ਨਾਮ ਦੱਸੋ ਡਾਕਟਰ ਰਜਿੰਦਰ ਪ੍ਰਸਾਦ ਸੀ ਉਸ ਦਾ ਨਾਮ ਤੇ ਕੁਐਸਚਨ ਨੰਬਰ 2 ਦੀ ਗੱਲ ਕਰੀਏ ਸੰਵਿਧਾਨ ਸਭਾ ਦਾ ਟੈਂਪਰੇਰੀ ਚੇਅਰਮੈਨ ਦਾ ਨਾਮ ਕੀ ਸੀ ਸਚੀ ਦਾਨੰਦ सिन्हा ਸੀ ਸਚੀਦਾਨੰਦ ਸਿਨਾ ਜਿਹੜਾ ਕਿ ਟੈਂਪਰੇਰੀ ਯਾਨੀ ਅਸਥਾਈ ਚੇਅਰਮੈਨ ਸੀ ਸੰਵਿਧਾਨ ਸਭਾ ਦਾ ਤੇ ਜਿਹੜਾ ਪਰਮਾਨੈਂਟ ਪ੍ਰੈਜ਼ੀਡੈਂਟ ਸੀ ਪਰਮਾਨੈਂਟ ਚੇਅਰਮੈਨ ਸੀ ਉਹ ਰਜਿੰਦਰ ਪ੍ਰਸਾਦ ਸੀ ਜਿਸ ਨੂੰ 11 ਦਸੰਬਰ 1946 ਈਸਵੀ ਵਿੱਚ ਚੇਅਰਮੈਨ ਬਣਾਇਆ ਗਿਆ ਸੀ ਅਤੇ ਸਚੀਦਾਨੰਦ ਸਿਨਾ ਨੂੰ ਟੈਂਪਰੇਰੀ ਚੇਅਰਮੈਨ 9 ਦਸੰਬਰ 1946 ਈਸਵੀ ਵਿੱਚ ਬਣਾਇਆ ਸੀ ਤੇ ਕੁਐਸਚਨ ਨੰਬਰ 3 ਦੀ ਗੱਲ ਕਰੀਏ ਭਾਰਤੀ ਸੰਵਿਧਾਨ ਦਾ ਗਠਨ ਕਦੋਂ ਹੋਇਆ ਸੀ ਭਾਰਤੀ ਸੰਵਿਧਾਨ ਦਾ ਗਠਨ ਕਦੋਂ ਹੋਇਆ ਸੀ ਮੈਂ ਤੁਹਾਨੂੰ ਪਹਿਲੀ ਹੀ ਕਲਾਸ ਵਿੱਚ ਦੱਸਿਆ ਸੀ ਕਿ ਕੈਬਨਟ ਮਿਸ਼ਨ ਭਾਰਤ ਵਿੱਚ ਆਇਆ ਸੀ ਕਦੋਂ ਆਇਆ ਸੀ ਕੈਬਨਟ ਮਿਸ਼ਨ 1947 ਜਿਸ ਨੂੰ ਕੈਬਨਟ ਮਿਸ਼ਨ ਐਕਟ 1947 ਕਿਹਾ ਜਾਂਦਾ ਹੈ ਤਾਂ ਕੈਬਨਟ ਮਿਸ਼ਨ ਐਕਟ 1947 ਦੇ ਅੰਤਰਗਤ ਸੰਵਿਧਾਨ ਸਭਾ ਦੇ ਗਠਨ ਕਰਨ ਦਾ ਫੈਸਲਾ ਲਿਆ ਗਿਆ ਸੀ ਕੈਬਨਟ ਮਿਸ਼ਨ ਦੇ ਤਿੰਨ ਸਦਸੇ ਸੀ ਸਟੇਫੋਰਡ ਕ੍ਰਿਪਸ ਪੈਂਥੀ ਲਾਰੈਂਸ ਤੇ ਏਵੀ ਅਲੈਗਜ਼ੈਂਡਰਾ ਜਿਹੜਾ ਪੈਂਥੀ ਲਾਰੈਂਸ ਸੀ ਇਹ ਕੈਬਨਟ ਮਿਸ਼ਨ ਦਾ ਜਿਹੜਾ ਚੇਅਰਮੈਨ ਸੀ ਉਕਤ ਸਵਾਲ ਨੰਬਰ 4 ਦੀ ਗੱਲ ਕਰੀਏ ਭਾਰਤ ਦੇ ਸੰਵਿਧਾਨ ਨੂੰ ਤਿਆਰ ਕਰਨ ਵਾਲੇ ਸਦਸਿਆਂ ਨੂੰ ਕਿਸ ਦੁਆਰਾ ਨਾਮਿਤ ਕੀਤਾ ਗਿਆ ਸੀ ਜਿਹੜੇ ਭਾਰਤੀ ਸੰਵਿਧਾਨ ਨੂੰ ਤਿਆਰ ਕਰਨਗੇ ਉਹ ਮੈਂਬਰ ਕਿੱਥੋਂ ਚੁੱਕੇ ਸੀ ਸੰਵਿਧਾਨ ਸਭਾ ਨੇ ਤਾਂ ਭਿੰਨ-ਭਿੰਨ ਪ੍ਰਾਂਤਾਂ ਦੇ ਵਿਧਾਨ ਸਭਾ ਦੁਆਰਾ ਚੁਣੋ ਇਸ ਜਿਵੇਂ ਕਿ ਤੁਹਾਨੂੰ ਮੈਂ ਦੱਸਿਆ ਸੀ ਯਾਦ ਕਰੋ ਭਾਰਤ ਤਿੰਨ ਖੇਤਰਾਂ ਵਿੱਚ ਵੰਡਿਆ ਹੋਇਆ ਸੀ ਸਭ ਤੋਂ ਪਹਿਲਾਂ ਬ੍ਰਿਟਿਸ਼ ਰਾਜ ਖੇਤਰ ਸੀ ਉਸ ਤੋਂ ਬਾਅਦ ਸੀ ਜਿਹੜੇ ਦੇਸੀ ਰਾਜ ਖੇਤਰ ਇਸ ਤੋਂ ਇਲਾਵਾ ਤੀਜੇ ਸੀ ਜਿਹੜੇ ਕਮਿਸ਼ਨਰੀ ਖੇਤਰ ਸੀ ਜਿਹੜਾ ਵੀ ਜਿਨ੍ਹਾਂ ਉੱਤੇ ਅੰਗਰੇਜ਼ਾਂ ਵੱਲੋਂ ਨਿਯੁਕਤ ਕੀਤੇ ਹੋਏ ਕਮਿਸ਼ਨਰਾਂ ਦਾ ਹੱਕ ਸੀ ਇਹਨਾਂ ਤਿੰਨਾਂ ਖੇਤਰਾਂ ਵਿੱਚੋਂ ਲੋਕਾਂ ਨੂੰ ਚੁਣੇ ਗਏ ਮੈਂਬਰਾਂ ਨੂੰ ਚੁਣਿਆ ਗਿਆ ਅਤੇ ਉਹਨਾਂ ਮੈਂਬਰਾਂ ਵਿੱਚੋਂ ਚੋਣਾਂ ਕਰਵਾਈਆਂ ਗਈਆਂ ਤੇ ਜਿਨ੍ਹਾਂ ਵਿੱਚੋਂ ਸੰਵਿਧਾਨ ਸਭਾ ਨੂੰ ਤਿਆਰ ਕਰਨ ਵਾਲੇ ਸਦਸੇ ਚੁਣੇ ਗਏ ਸੀ ਕਵੈਸਚਨ ਨੰਬਰ 5 ਦੀ ਗੱਲ ਕਰੀਏ ਸੰਵਿਧਾਨ ਸਭਾ ਦੇ ਨਿਰਮਾਣ ਦੌਰਾਨ ਸੰਵਿਧਾਨਿਕ ਸਲਾਹਕਾਰ ਕੌਣ ਸੀ ਮੈਂ ਪੂਰੀ ਕਮੇਟੀ ਦੀ ਕਮੇਟੀਆਂ ਬਾਰੇ ਦੱਸਿਆ ਇਸ ਸੰਵਿਧਾਨ ਨੂੰ ਬਣਾਉਣ ਵਾਸਤੇ ਪੂਰੀ ਕਮੇਟੀਆਂ ਕਿਹੜੀ ਕਿਹੜੀ ਕਮੇਟੀਆਂ ਨੇ ਕੰਮ ਕੀਤਾ ਉਹਨਾਂ ਬਾਰੇ ਡਿਟੇਲ ਵਿੱਚ ਤੁਹਾਨੂੰ ਮੈਂ ਫਰਸਟ ਕਲਾਸ ਵਿੱਚ ਹੀ ਸਮਝਾ ਦਿੱਤਾ ਸੀ ਤਾਂ ਉਹਨਾਂ ਦਾ ਨਾਮ ਜਿਹੜਾ ਸੰਵਿਧਾਨਿਕ ਸਲਾਹਕਾਰ ਸੀ ਬੀ ਐਨ ਰਾਓ ਸੀ ਜਿਸ ਦਾ ਫੁੱਲ ਨਾਮ ਹੈ ਵਿਨੇਕਲ ਨਰਸਿੰਘ ਰਾਓ ਇਸ ਦਾ ਫੁੱਲ ਨਾਮ ਹੈ ਤਾਂ ਯਾਦ ਰੱਖੋ ਸੰਵਿਧਾਨਕ ਸਲਾਹਕਾਰ ਕੌਣ ਸੀ ਸੰਵਿਧਾਨ ਸਭਾ ਦਾ ਬੀ ਐਨ ਰਾਓ ਕਵੈਸਚਨ ਨੰਬਰ 6 ਦੀ ਗੱਲ ਕਰੀਏ ਭਾਰਤ ਸਰਕਾਰ ਦੁਆਰਾ ਰਾਜ ਚਿੰਨ੍ਹ ਕਦੋਂ ਤੇ ਕਿੱਥੋਂ ਲਿਆ ਗਿਆ ਸੀ ਆਪਣੇ ਭਾਰਤ ਦਾ ਰਾਜ ਚਿੰਨ੍ਹ ਤੁਹਾਨੂੰ ਪਤਾ ਹੈ ਕਿ ਜਿਹੜਾ ਢਾਲੇ ਤੇ ਹੁੰਦਾ ਪੰਜ ਦੇ ਢਾਲੇ ਦੇਖਿਆ ਹੋਊਗਾ ਤਿੰਨ ਮੂੰਹਾਂ ਵਾਲਾ ਸ਼ੇਰ ਉਸ ਨੂੰ ਸਾਰਨਾਥ ਤੋਂ ਲਿਆ ਗਿਆ ਸੀ ਅਤੇ 26 ਜਨਵਰੀ 1950 ਈਸਵੀ ਵਿੱਚ ਇਸ ਨੂੰ ਰਾਸ਼ਟਰੀ ਘੋਸ਼ਿਤ ਕਰ ਦਿੱਤਾ ਗਿਆ ਸੀ ਤੇ ਕਵੈਸਚਨ ਨੰਬਰ 7 ਦੀ ਗੱਲ ਕਰੀਏ ਸੰਵਿਧਾਨ ਵਿੱਚ ਸਮਵਰਤੀ ਸੂਚੀ ਕਿਸ ਦੇਸ਼ ਤੋਂ ਇਨਕਲੂਡ ਕੀਤੀ ਗਈ ਹੈ ਭਾਰਤੀ ਸੰਵਿਧਾਨ ਵਿੱਚ ਤਾਂ ਆਸਟ੍ਰੇਲੀਆ ਦੇ ਸੰਵਿਧਾਨ ਤੋਂ ਭਾਰਤੀ ਸੰਵਿਧਾਨ ਵਿੱਚ ਇਨਕਲੂਡ ਕੀਤੀ ਗਈ ਹੈ ਸੰਵਰਤੀ ਸੂਚੀ ਕੁਐਸਚਨ ਨੰਬਰ 8 ਦੀ ਗੱਲ ਕਰੀਏ ਬ੍ਰਿਟਿਸ਼ ਗਵਰਨਮੈਂਟ ਦੁਆਰਾ ਕਿਸ ਨੂੰ 1942 ਐਸਪੀ ਵਿੱਚ ਸੰਵਿਧਾਨ ਨਿਰਮਾਣ हेतु ਭਾਰਤ ਭੇਜਿਆ ਗਿਆ ਸੀ ਤਾਂ ਸਰ ਸਟੇਫੋਰਡ ਕ੍ਰਿਸ ਜਿਹੜਾ ਕਿ ਪਹਿਲਾ 1942ਵਿਚ ਭਾਰਤ ਆਇਆ ਸੀ ਇਸ ਨੇ ਕੁਝ ਡਿਮਾਂਡ ਰੱਖੀਆਂ ਤੇ ਕਿਹਾ ਜੇ ਤੁਸੀਂ ਇਸ ਡਿਮਾਂਡਾਂ ਨੂੰ ਮੰਨੋਗੇ ਤਾਂ ਫਿਰ ਤੁਸੀਂ ਆਪਣਾ ਸੰਵਿਧਾਨ ਬਣਾ ਸਕਦੇ ਹੋ ਪਰ ਮੁਸਲਿਮ ਲੀਗ ਅਤੇ ਕਾਂਗਰਸ ਨੇ ਇਹਨਾਂ ਦੀ ਡਿਮਾਂਡਾਂ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਗਿਆ ਤੇ ਇਸ ਨੂੰ ਵਾਪਸ ਭੇਜ ਦਿੱਤਾ ਸੀ ਇਸ ਤੋਂ ਬਾਅਦ ਕੈਬਨਟ ਮਿਸ਼ਨ ਭਾਰਤ ਵਿੱਚ ਆਇਆ ਸੀ ਜੇ ਉਹਨਾਂ ਵਿੱਚ ਨੰਨ ਮੈਂਬਰਾਂ ਵਿੱਚੋਂ ਸਰ ਸਟੇਫੋਰਡ ਕ੍ਰਿਪਸ ਵੀ ਇਨਕਲੂਡ ਸੀ ਤਾਂ ਇੱਥੇ 1942 ਵਿੱਚ ਸੰਵਿਧਾਨ ਨਿਰਮਾਣ ਹਿਤ ਭਾਰਤ ਆਇਆ ਸੀ ਪੁੱਛਿਆ ਗਿਆ ਤਾਂ ਸਰ ਸਟੇ ਫੂਡ ਕ੍ਰਿਪਸ ਪ੍ਰਸਤਾਵ ਭਾਰਤ ਆਇਆ ਸੀ ਮਤਲਬ ਕਿ ਇਹ ਪ੍ਰਸਤਾਵ ਲੈ ਕੇ ਆਇਆ ਸੀ ਕੁਐਸਚਨ ਨੰਬਰ 9 ਦੀ ਗੱਲ ਕਰੀਏ ਭਾਰਤੀ ਸੰਵਿਧਾਨ ਪੂਰੇ ਰੂਪ ਵਿੱਚ ਕਦੋਂ ਤਿਆਰ ਹੋਇਆ ਸੀ ਤਾਂ 26 ਨਵੰਬਰ 1949 ਨੂੰ ਤਾਂ ਤਿਆਰ ਹੋ ਗਿਆ ਸੀ ਤੇ ਆਪਾਂ ਮੰਨ ਲਿਆ ਸੀ ਅਡਾਪਟ ਕਰ ਲਿਆ ਸੀ ਤੇ 26 ਜਨਵਰੀ 1950 ਨੂੰ ਇਹ ਲਾਗੂ ਕਰ ਦਿੱਤਾ ਸੀ कंफ्यूज ਨਹੀਂ ਹੋਣਾ ਕਾਫੀ ਕੈਂਡੀਡੇਟ कंफ्यूज ਹੋ ਜਾਂਦੇ ਐਡਾਪਟ ਪੁੱਛਿਆ ਜਾਵੇ ਮਤਲਬ ਕਦੋਂ ਤਿਆਰ ਹੋਇਆ ਸੀ ਪੁੱਛਿਆ ਜਾਵੇ ਤਾਂ 26 ਨਵੰਬਰ 1949 ਜੇ ਲਾਗੂ ਕਦੋਂ ਹੋਇਆ ਸੀ ਇਹ ਪੁੱਛਿਆ ਜਾਵੇ ਤਾਂ 26 ਜਨਵਰੀ 1950 ਨੂੰ ਹੋਇਆ ਸੀ ਕੁਐਸਚਨ ਨੰਬਰ 10 ਦੀ ਗੱਲ ਕਰੀਏ ਡਰਾਫਟਿੰਗ ਕਮੇਟੀ ਜਿਸ ਦੇ ਚੇਅਰਮੈਨ ਅੰਬੇਡਕਰ ਜੀ ਸਨ ਇਸ ਕਮੇਟੀ ਵਿੱਚ ਕਿੰਨੇ ਮੈਂਬਰ ਸੀ ਤਾਂ 7 ਮੈਂਬਰ ਸੀ ਤੇ ਜਿਸ ਦਾ ਚੇਅਰਮੈਨ ਡਾਕਟਰ ਭੀਮrao ਅੰਬੇਦਕਰ ਸੀ ਤੇ ਇਸ ਡਰਾਫਟਿੰਗ ਕਮੇਟੀ ਦਾ ਗਠਨ 29 ਅਗਸਤ 1947 ਵਿੱਚ ਹੋਇਆ ਸੀ ਓਕੇ ਦੋਸਤੋ ਜੋ ਵੀਡੀਓ ਬੈਨੀਫੀਸ਼ੀਅਲ ਲੱਗ ਰਹੀ ਹੈ ਤਾਂ ਪਲੀਜ਼ ਲਾਈਕ ਜ਼ਰੂਰ ਕਰ ਦਿਓ ਐਂਡ ਕਮੈਂਟ ਵੀ ਕਰ ਦਿਓ ਜੇ ਤੁਹਾਡਾ ਮਨ ਕਰੇ ਤੇ ਸਬਸਕ੍ਰਾਈਬ ਤਾਂ ਕਰ ਹੀ ਦਿਓ ਇਸ ਤੋਂ ਬਾਅਦ ਕੁਐਸਚਨ ਨੰਬਰ 11 ਦੀ ਗੱਲ ਕਰੀਏ ਨਵੇਂ ਰਾਜਾਂ ਅਤੇ ਸੀਮਾਵਾਂ ਵਿੱਚ ਪਰਿਵਰਤਨ ਦਾ ਅਧਿਕਾਰ ਕਿਸ ਕੋਲ ਹੈ ਸਸਦਨ ਕਰ ਸਕਦੀ ਹੈ ਆਰਟੀਕਲ 3 ਇਹ ਕਹਿੰਦਾ ਆਪਣਾ ਕਿਸ ਸਸੰਦ ਕੋਲ ਅਧਿਕਾਰ ਹੈ ਉਹ ਨਵੇਂ ਰਾਜ ਬਣਾ ਸਕਦੀ ਹੈ ਮਤਲਬ ਡਿਵਾਈਡ ਕਰ ਸਕਦੀ ਹੈ ਜਿਵੇਂ ਪੰਜਾਬ ਚ ਹਰਿਆਣਾ ਕਰਤਾ ਡਿਵਾਈਡ ਹਿਮਾਚਲ ਕਰਤਾ ਡਿਵਾਈਡ ਇਸੇ ਤਰ੍ਹਾਂ ਇਹ ਸੀਮਾਵਾਂ ਨੂੰ ਵੀ ਛੋਟੀ ਵੱਡੀ ਕਰ ਸਕਦੀ ਹੈ ਤਾਂ ਇਹ ਸਾਰਾ ਅਧਿਕਾਰ ਸਸੰਦ ਕੋਲੇ ਹੈ ਤੇ ਆਰਟੀਕਲ 3 ਵਿੱਚ ਇਹ ਲਿਖਿਆ ਹੋਇਆ ਹੈ ਕੁਐਸਚਨ ਨੰਬਰ 12 ਦੀ ਗੱਲ ਕਰੀਏ ਭਾਰਤੀ ਸੰਵਿਧਾਨ ਵਿੱਚਲੀ ਇਕਹਰੀ ਨਾਗਰਿਕਤਾ ਕਿਸ ਦੇਸ਼ ਤੋਂ ਲਈ ਗਈ ਹੈ ਮੈਂ ਸ਼ੁਰੂ ਵਿੱਚ ਤੁਹਾਨੂੰ ਸਮਝਾਤਾ ਸੀ ਕਿ ਬ੍ਰਿਟੇਨ ਦੇ ਸੰਵਿਧਾਨ ਤੋਂ ਇਕਹਰੀ ਨਾਗਰਿਕਤਾ ਭਾਰਤੀ ਸੰਵਿਧਾਨ ਵਿੱਚ ਇਨਕਲੂਡ ਕੀਤੀ ਗਈ ਹੈ ਕਵੈਸਚਨ ਨੰਬਰ 13 ਦੀ ਗੱਲ ਕਰੀਏ ਕਿਸ ਕਾਰਨ ਕਿਸੇ ਭਾਰਤੀ ਨਾਗਰਿਕ ਦੀ ਨਾਗਰਿਕਤਾ ਨੂੰ ਰੱਦ ਕੀਤਾ ਜਾ ਸਕਦਾ ਹੈ ਤਿੰਨ ਕਾਰਨ ਨੇ ਜੇ ਉਹ ਖੁਦ ਚਾਵੇ ਉਹ ਤਿਆਗ ਕਰ ਦੇ ਕਿ ਮੈਂ ਭਾਰਤ ਦਾ ਨਾਗਰਿਕ ਨਹੀਂ ਹਾਂ ਜਾਂ ਉਸ ਨੂੰ ਖੋਹ ਲਿਆ ਜਾਵੇ ਰੱਦ ਕਰ ਦਿੱਤਾ ਜਾਵੇ ਮਤਲਬ ਬੰਚਿਤ ਕਰ ਦਿੱਤਾ ਜਾਵੇ ਤੂੰ ਇਹ ਮਾੜਾ ਕੰਮ ਕਿੱਥਾ ਜਾਂ ਤੂੰ ਅਜੇ ਤੋਂ ਭਾਰਤ ਦਾ ਨਾਗਰਿਕ ਨਹੀਂ ਹੈ ਤੇ ਤੀਸਰਾ ਜੇ ਕਿਸੇ ਉਹ ਦੂਸਰੇ ਦੇਸ਼ ਵਿੱਚ ਰਹਿ ਕੇ ਉੱਥੇ ਦੀ ਨਾਗਰਿਕਤਾ ਲੈ ਲੈਂਦਾ ਹੈ ਤਾਂ ਆਟੋਮੈਟਿਕਲੀ ਭਾਰਤੀ ਨਾਗਰਿਕਤਾ ਖਤਮ ਹੋ ਜਾਂਦੀ ਹੈ ਕਵੈਸਚਨ ਨੰਬਰ 14 ਦੀ ਗੱਲ ਕਰੀਏ ਭਾਰਤ ਵਿੱਚ ਰਾਜ ਪੁਨਰਗਠਨ ਦੇ ਆਧਾਰ ਤੇ ਰਾਜਾਂ ਦਾ ਪੁਨਰਗਠਨ ਕਦੋਂ ਹੋਇਆ ਤਾਂ 1956 ਈਸਵੀ ਵਿੱਚ ਹੋਇਆ ਸੀ ਮੈਂ ਕੱਲ ਦੀ ਵੀਡੀਓ ਵਿੱਚ ਤੁਹਾਨੂੰ ਸਮਝਾਇਆ ਸੀ ਜਿਹੜੀ ਕੱਲ ਦੀ ਕਲਾਸ ਸੀ ਸੰਵਿਧਾਨ ਰਿਲੇਟਡ ਤੇ ਇੱਕ ਵਾਰੀ ਤੁਹਾਨੂੰ ਦੇਖ ਲਓ ਪੂਰਾ ਰਾਜ ਪੁਨਰਗਠਨ ਦਾ ਪੂਰਾ ਚੈਪਟਰ ਤੁਸੀਂ ਸਮਝ ਜਾਓਗੇ ਕਵੈਸਚਨ ਨੰਬਰ 15 ਦੀ ਗੱਲ ਕਰੀਏ ਆਂਧਰਾ ਪ੍ਰਦੇਸ਼ ਰਾਜ ਕਦੋਂ ਬਣਿਆ ਸੀ 1953 ਇਸਵੀ ਵਿੱਚ ਬਣਾਇਆ ਸੀ ਇਹ ਭਾਸ਼ਾ ਦੇ ਆਧਾਰ ਤੇ ਰਾਜ ਬਣਾਇਆ ਗਿਆ ਸੀ ਕਿਉਂਕਿ ਤੇਲਗੂ ਲੋਕ ਸੀ ਜਿਹੜੋ ਕਹਿੰਦੇ ਸੀ ਕਿ ਅਸੀਂ ਤੇਲਗੂ ਬੋਲਦੇ ਹਾਂ ਤਾਂ ਤਾਵੇਂ ਕਿ ਸਾਨੂੰ ਅਲੱਗ ਖੇਤਰ ਅਲੱਗ ਸਟੇਟ ਦਿੱਤੀ ਜਾਵੇ ਤੇ ਕੁਐਸਚਨ ਨੰਬਰ 16 ਦੀ ਗੱਲ ਕਰੀਏ ਭਾਸ਼ਾ ਦੇ ਆਧਾਰ ਤੇ ਸਟੇਟ ਕਿਹੜਾ ਬਣਾਇਆ ਗਿਆ ਸਭ ਤੋਂ ਪਹਿਲਾਂ ਤਾਂ ਅੰਧਰਾ ਪ੍ਰਦੇਸ਼ 1 ਅਕਤੂਬਰ 1953 ਇਸਵੀ ਵਿੱਚ ਬਣਾਇਆ ਗਿਆ ਸੀ ਕੁਐਸਚਨ ਨੰਬਰ 17 ਦੀ ਗੱਲ ਕਰੀਏ ਸਿਕਮ ਪਹਾੜ ਦਾ ਇੱਕ ਉਪ ਰਾਜ ਕਦੋਂ ਬਣਾਇਆ ਗਿਆ ਸੀ ਤਾਂ 35ਵੇਂ ਸੰਸ਼ੋਧਨ ਸੰਵਿਧਾਨ ਸੋਧਨ ਦੇ ਅੰਤਰਗਤ ਸਿੱਕਮ ਇੱਕ ਉਪਰ ਰਾਜ ਬਣਾਇਆ ਗਿਆ ਸੀ ਇਸ ਬਾਰੇ ਮੈਂ ਡਿਟੇਲ ਵਿੱਚ ਤੁਹਾਨੂੰ ਕੱਲ ਸਮਝਾ ਦਿੱਤਾ ਸੀ ਜਰੂਰ ਦੇਖੋ ਜਾ ਕੇ ਵੀਡੀਓ ਨੂੰ ਕੁਐਸਚਨ ਨੰਬਰ 18 ਦੀ ਗੱਲ ਕਰੇ ਸਿੱਕਮ ਭਾਰਤ ਦਾ ਪੂਰਵ ਪੂਰਨ ਰਾਜ ਮਤਲਬ ਪੂਰਾ ਰਾਜ ਕਦੋਂ ਬਣਾਇਆ ਗਿਆ ਸੀ ਤਾਂ 36ਵੇਂ ਸੰਵਿਧਾਨ ਸੰਸ਼ੋਧਨ ਦੇ ਅੰਤਰਗਤ ਪਹਿਲਾਂ ਤਾਂ ਦੇਖੋ ਸਿੱਕਮ ਸੀ ਚਾਈਨਾ ਦਾ ਹਿੱਸਾ ਇਹ ਸਿੱਕਮ ਕਹਿੰਦਾ ਕਿ ਸਾਡੇ ਨਾਲ ਚਾਈਨਾ ਚੰਗਾ ਵਿਵਹਾਰ ਨਹੀਂ ਕਰਦਾ ਤਾਂ ਕਿ ਅਸੀਂ ਭਾਰਤ ਵਿੱਚ ਆਉਣਾ ਚਾਹੁੰਦੇ ਹਾਂ ਤੇ ਭਾਰਤ ਨੇ ਕਿਹਾ ਆਜੋ ਵੀ ਤੇ ਤੁਹਾਨੂੰ ਇੱਕ ਵਾਰੀ ਅਸੀਂ ਉਪਰ ਰਾਜ ਦੇ ਤੌਰ ਤੇ ਰੱਖਾਂਗੇ ਜੇ ਤੁਸੀਂ ਸਾਡੇ ਨਾਲ ਸਹੀ ਹੋ ਜੇ ਸਾਡਾ ਵਿਵਹਾਰ ਤੁਹਾਡੇ ਨਾਲ ਸਹੀ ਹੈ ਤਾਂ ਤੁਹਾਨੂੰ ਪੂਰਨ ਰਾਜਕੋਸ਼ਿਤ ਕਰ ਦਿੱਤਾ ਜਾਵੇਗਾ ਤਾਂ ਜਦੋਂ ਸਿੱਕਮ ਵਾਲੇ ਆਏ ਇੱਧਰ ਸਿੱਕਮ ਰਾਜ ਇੱਧਰ ਆਇਆ ਆਪਣੇ ਭਾਰਤ ਵਿੱਚ ਉਦੋਂ 35ਵੇਂ ਸੰਵਿਧਾਨ ਸੋਧਨ ਦੇ ਅੰਤਰਗਤ ਇਹਨਾਂ ਨੂੰ ਉਪਰ ਰਾਜ ਕੋਸ਼ਿਤ ਕਰ ਦਿੱਤਾ ਗਿਆ ਤੇ ਜਦੋਂ ਸਿੱਕਮ ਦਾ ਜੀ ਲੱਗਣ ਲੱਗਿਆ ਸਿੱਕਮ ਨੂੰ ਪਤਾ ਲੱਗਣ ਲੱਗਾ ਕਿ ਅਸੀਂ ਭਾਰਤ ਵਿੱਚ ਸੇਵਾਂ ਤਾਂ 36ਵਾਂ ਸੰਵਿਧਾਨ ਸੰਸ਼ੋਧਨ ਹੋਇਆ ਅਤੇ ਪੂਰਾ ਰਾਜ ਇਸ ਨੂੰ ਘੋਸ਼ਿਤ ਕਰ ਦਿੱਤਾ ਓਕੇ ਦੋਸਤੋ ਕੁਐਸਚਨ ਨੰਬਰ 19 ਦੀ ਗੱਲ ਕਰੀਏ ਛੱਤੀਸਗੜ੍ਹ ਰਾਜ ਕਦੋਂ ਬਣਿਆ ਸੀ ਤਾਂ 1 ਨਵੰਬਰ 2000 ਵਿੱਚ ਛੱਤੀਸਗੜ੍ਹ ਰਾਜ ਬਣਿਆ ਸੀ ਤੇ ਕੁਐਸਚਨ ਨੰਬਰ 20 ਦੀ ਗੱਲ ਕਰੀਏ ਸੰਵਿਧਾਨ ਵਿੱਚ ਭਾਰਤ ਰਾਸ਼ਟਰ ਦਾ ਉਲੇਖ ਕਿਸ ਨਾਮ ਨਾਲ ਕੀਤਾ ਗਿਆ ਹੈ ਤਾਂ ਭਾਰਤ ਨੂੰ ਦੋ ਨਾਮਾਂ ਨਾਲ ਸੰਵਿਧਾਨਕ ਤੌਰ ਤੇ ਜਾਣਿਆ ਜਾਂਦਾ ਹੈ ਭਾਰਤ ਅਤੇ ਇੰਡੀਆ ਥਰਡ ਨਾਮ ਭਾਰਤ ਦਾ ਕੋਈ ਨਹੀਂ ਹੈ ਨਾ ਹਿੰਦੁਸਤਾਨ ਹੈ ਨਾ ਕੋਈ ਹੋਰ ਤਾਂ ਯਾਦ ਰੱਖਿਓ ਸੰਵਿਧਾਨਕ ਤੌਰ ਤੇ ਭਾਰਤ ਅਤੇ ਇੰਡੀਆ ਸਿਰਫ ਦੋ ਨਾਮ ਹੈ ਭਾਰਤ ਕਿਉਂਕਿ ਦੋਸਤੋ ਮੈਂ ਤਾਂ ਆਪਣਾ ਬੈਸਟ ਦੇ ਦਿੱਤਾ ਜਿੰਨਾ ਈਜ਼ੀ ਤਰੀਕੇ ਨਾਲ ਤੁਹਾਨੂੰ ਸਮਝਾ ਸਕਦਾ ਸੀ ਮੈਂ ਪੂਰੀ ਕੋਸ਼ਿਸ਼ ਕਰ ਰਿਹਾ ਐਂਡ ਆਈ ਹੋਪ ਤੁਹਾਨੂੰ ਸਮਝ ਚੀ ਵੀ ਆ ਰਿਹਾ ਹੋਵੇਗਾ ਜੇ ਸਮਝ ਚ ਆ ਰਿਹਾ ਤਾਂ ਵੀਡੀਓ ਵਿੱਚ ਐਸ ਲਿਖ ਕੇ ਕਮੈਂਟ ਕਰ ਦਿਓ ਐਂਡ ਜੇ ਹੋਰ ਕੋਈ ਜਾਣਕਾਰੀ ਲੈਣੀ ਹੈ ਤਾਂ ਇਹ ਮੇਰਾ ਇੰਸਟਾਗ੍ਰam ਆਈਡੀ ਨੰਬਰ ਹੈ ਇਸ ਤੇ ਮੈਨੂੰ ਫੋਲੋ ਕਰਕੇ ਮੇਰੇ ਨਾਲ ਗੱਲ ਕਰਕੇ ਪੂਰੀ ਜਾਣਕਾਰੀ ਲੈ ਸਕਦੇ ਹੋ